ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਅਤੇ ਇੱਕ ਵਾਰ ਫਿਰ ਯੂਕੇ ਦੇ ਉੱਤੇ ਬਹੁਤ ਹੀ ਖਾਸ ਇਨਫੋਰਮੇਸ਼ਨ ਦਾ ਸ਼ੋਅ ਲੈ ਕੇ ਅਸੀਂ ਹਾਜ਼ਰ ਹਾਂ। ਸੁਕਾਂਤ ਤ੍ਰਿਵੇਦੀ ਜੀ ਮੇਰੇ ਨਾਲ ਮੌਜੂਦ ਨੇ, ਤ੍ਰਿਵੇਦੀ ਆਫਿਸ ਦੇ ਵਿੱਚ ਮੈਂ ਮੌਜੂਦ ਹਾਂ। ਪਿਛਲਾ ਸ਼ੋਅ ਤ੍ਰਿਵੇਦੀ ਸਾਹਿਬ ਦਾ ਜਿਹੜਾ ਯੂਕੇ ਨੂੰ ਲੈ ਕੇ ਸੀ, ਉਸ ਤੋਂ ਬਾਅਦ ਲਗਾਤਾਰ ਸਟੂਡੈਂਟਸ ਹੋਰ ਇਨਫੋਰਮੇਸ਼ਨ ਯੂਕੇ ਦੇ ਬਾਰੇ ਚਾਹ ਰਹੇ ਨੇ। ਸੋ ਜਿਹੜੇ ਸਟੂਡੈਂਟਸ ਨੇ ਉਹ ਸ਼ੋਅ ਨਹੀਂ ਵੇਖਿਆ, ਬਿਲਕੁਲ ਨਵੇਂ ਸ਼ੋਅ ਨੂੰ ਵੀ ਉਹ ਦੇਖ ਸਕਦੇ ਨੇ। ਵੱਖ ਵੱਖ ਪਲੈਟਫਾਰਮਸ ਦੇ ਉੱਤੇ ਸਾਡੇ ਜਿਹੜੇ ਸ਼ੋਅਜ਼ ਨੇ ਇਹ ਸਾਰੇ ਉਪਲਬਧ ਰਹਿੰਦੇ ਨੇ, ਔਰ ਤੁਸੀਂ ਇੰਸਟਾਗ੍ਰਾਮ ਔਰ ਟਵਿੱਟਰ ਦੇ ਉੱਤੇ ਵੀ ਹੁਣ ਇਹਨਾਂ ਸ਼ੋਅਜ਼ ਨੂੰ ਤੁਸੀਂ ਦੇਖ ਸਕਦੇ ਹੋ। ਸੋ ਜਿਹੜੇ ਵੀ ਸਟੂਡੈਂਟ ਉਹਨਾਂ ਮੀਡੀਅਮਸ ਨੂੰ ਯੂਜ਼ ਕਰਦੇ ਨੇ ਉੱਥੇ ਵੀ ਇਹਨਾਂ ਸ਼ੋਅਜ਼ ਨੂੰ ਦੇਖ ਸਕਦੇ ਨੇ। ਤ੍ਰਿਵੇਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ। ਥੈਂਕ ਯੂ ਡੱਲਾ ਜੀ, ਔਰ ਵੈਲਕਮ ਹੈ ਜੀ ਸਾਰਿਆਂ ਦਾ ਸਾਡੇ ਸ਼ੋਅ ਦੇ ਉੱਪਰ। ਔਰ ਤ੍ਰਿਵੇਦੀ ਸਾਹਿਬ, ਜਦੋਂ ਤੁਸੀਂ ਕਿਸੇ ਵੀ ਕੰਟਰੀ ਨੂੰ ਪ੍ਰਮੋਟ ਕਰਦੇ ਹੋ ਤਾਂ ਫਿਰ ਮੈਨੂੰ ਲੱਗਦਾ ਕਿ ਸੱਚਮੁੱਚ ਉੱਥੇ ਸੰਭਾਵਨਾਵਾਂ ਜ਼ਰੂਰ ਬਣਨਗੀਆਂ। ਯੂਕੇ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਵਾਲੀ ਸਟੇਜ ਆ ਬਹੁਤ ਸਾਰੇ ਲੋਕਾਂ ਨੂੰ, ਕੀ ਲਿਬਰਲ ਹੋਏਗਾ ਯੂਕੇ, ਇਹਦੇ ਪਿੱਛੇ ਕੀ ਤੁਹਾਡੀ ਸੋਚ ਲੱਗਦੀ ਹੈ? ਦੇਖੋ, ਡੈਫੀਨੇਟਲੀ ਹੋਏਗਾ ਜੀ। ਇਹਦਾ ਸਭ ਤੋਂ ਵੱਡਾ ਕਾਰਨ ਹੈ ਬ੍ਰੈਗਜ਼ਿਟ। ਯੂਕੇ ਦੇ ਵਿੱਚ ਜਿਹੜੇ ਈਸਟਰਨ ਯੂਰੋਪੀਅਨ ਕੰਟਰੀਜ਼ ਤੋਂ ਲੋਕ ਆ ਰਹੇ ਸੀਗੇ ਉਹ ਬੰਦ ਹੋ ਗਏ ਹੈ, ਉੱਥੇ ਸਟੂਡੈਂਟ ਉਹ ਵਾਲਾ ਬੰਦ ਹੋ ਗਿਆ। ਔਰ ਯੂਨੀਵਰਸਿਟੀਜ਼ ਨੂੰ ਵੀ ਸਸਟੇਨ ਕਰਨ ਲਈ ਇੰਟਰਨੈਸ਼ਨਲ ਸਟੂਡੈਂਟ ਚਾਹੀਦਾ, ਫੀ ਪੇਇੰਗ ਇੰਟਰਨੈਸ਼ਨਲ ਸਟੂਡੈਂਟ ਚਾਹੀਦਾ। ਅੱਜ ਦਾ ਸ਼ੋਅ ਬਹੁਤ ਖਾਸ ਹੈਗਾ, ਜ਼ਿਆਦਾ ਲੰਬਾ ਨਹੀਂ ਇਹ ਸ਼ੋਅ ਕਰਾਂਗੇ, ਬਟ ਤੁਹਾਨੂੰ ਇੱਕ ਬਹੁਤ ਖਾਸ ਔਫਰ ਦੱਸਾਂਗਾ ਇਹਦੇ ਵਿੱਚ, ਜਿਹਦੇ ਤੁਸੀਂ ਇੱਕ ਸਾਲ ਦੀ ਫੀਸ ਦੇ ਕੇ 2 ਸਾਲ ਯੂਕੇ 'ਚ ਪੜ੍ਹ ਸਕਦੇ ਹੋ, ਅੱਗੇ ਇੰਟਰਨਸ਼ਿਪਸ ਲੈ ਸਕਦੇ ਹੋ, ਪੇਡ ਇੰਟਰਨਸ਼ਿਪਸ ਲੈ ਸਕਦੇ ਹੋ, ਔਰ ਵਰਕ ਪਰਮਿਟ ਤਾਂ ਯੂਕੇ ਨੇ ਮੈਨੂੰ ਲੱਗਦਾ ਹੋਰ ਥੋੜ੍ਹੇ ਦਿਨਾਂ ਦੀ ਗੱਲ ਹੈ ਖੋਲ੍ਹ ਦੇਣਾ। ਸੋ ਇੱਕ ਵਾਰੀ ਫਿਰ ਦੱਸ ਰਿਹਾ ਤੁਹਾਨੂੰ ਜਿਹੜੀ ਅੱਜ ਦੇ ਸ਼ੋਅ ਦੀ ਖਾਸ ਗੱਲ ਹੈ ਵੀ 1 ਸਾਲ ਦੀ ਫੀਸ ਦੇ ਕੇ 2 ਤੋਂ 2.5 ਸਾਲ ਤੱਕ ਦੀ ਪੜ੍ਹਾਈ ਕਰ ਸਕਦੇ। ਇਹ ਔਫਰ ਨੂੰ ਥੋੜ੍ਹਾ ਜੇ ਇਲੈਬੋਰੇਟ ਕਰ ਦਿਓ। ਇਹ ਗੱਲ ਮੈਂ ਡੱਲਾ ਜੀ ਨੂੰ ਸ਼ੋਅ ਤੋਂ ਪਹਿਲਾਂ ਨਹੀਂ ਸੀ ਦੱਸੀ, ਸ਼ੋਅ ਦੇ ਉੱਤੇ ਡੱਲਾ ਜੀ ਵੀ ਲਾਈਵ ਇਹ ਚੀਜ਼ ਜੀ। ਬਹੁਤ ਸਾਰੀ ਯੂਨੀਵਰਸਿਟੀਜ਼ ਸਾਡੇ ਕੋਲ ਯੂਕੇ ਦੀਆਂ ਇਸ ਵੇਲੇ ਟਾਈਅਪ ਵਿੱਚ ਹੈਗੀਆਂ, ਜਿਨ੍ਹਾਂ 'ਚ ਮਾਸਟਰ ਕੋਰਸਿਸ ਹੈਗੇ ਨੇ, ਮਾਸਟਰਸ ਲੈਵਲ ਦੇ ਕੋਰਸਿਸ ਨੇ, ਜੇ ਤੁਸੀਂ 1 ਸਾਲ ਦੀ ਫੀਸ ਪੇ ਕਰਨੀ ਹੈ, ਉਸ ਤੋਂ ਬਾਅਦ ਸਾਲ ਭਰ ਦੇ ਕੋਆਪ ਪ੍ਰੋਗਰਾਮਸ ਨੇ, ਇੰਟਰਨਸ਼ਿਪਸ ਹੈਗੀਆਂ ਨੇ। ਸੋ ਵੀਜ਼ਾ ਤੁਹਾਡਾ 2 ਤੋਂ 2.5 ਸਾਲ ਦਾ ਲੱਗਦਾ, ਫੀਸ ਤੁਸੀਂ ਸਿਰਫ 1 ਸਾਲ ਦੀ ਪੇ ਕਰਦੇ ਹੋ। 10 ਤੋਂ 13 ਹਜ਼ਾਰ ਪਾਊਂਡ ਦੇ ਵਿੱਚ ਮਾਸਟਰਸ ਲੈਵਲ ਦੀ ਫੀਸ ਹੈਗੀ ਹੈ। ਇੱਕ ਅਗੇਨ ਰਿਪੀਟ ਕਰ ਰਹੇ, 1 ਸਾਲ ਪੜ੍ਹੋਗੇ, ਉਸ ਤੋਂ ਬਾਅਦ ਕੋਆਪਸ ਹੈਗੀਆਂ ਨੇ, ਇੰਟਰਨਸ਼ਿਪਸ ਹੈਗੀਆਂ ਨੇ, ਵੀਜ਼ਾ ਤੁਹਾਨੂੰ ਇੰਡੀਆ ਤੋਂ ਹੀ 2.5 ਸਾਲ ਦਾ ਮਿਲੇਗਾ, 2.25 ਸਾਲ ਦਾ। ਪਹਿਲੇ ਸਾਲ ਤੋਂ ਬਾਅਦ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟਸ ਵੀ ਹੋਣਗੇ, ਬਿਕੋਜ਼ ਦੈਟ ਇਜ਼ ਇੰਟਰਨਸ਼ਿਪ ਐਂਡ ਕੋਆਪ ਜੀ, ਇੰਟਰਨਸ਼ਿਪ ਐਂਡ ਕੋਆਪ। ਸੋ ਜਿੰਨੀ ਦੇਰ ਦਾ ਵੀਜ਼ਾ, ਵਰਚੁਅਲੀ 2 ਸਾਲ ਦੀ ਸਾਨੂੰ ਈਅਰਲੀ ਫੀਸ ਸਮਝ ਲਓ, ਜੇ ਆਪਾਂ ਉਸ ਤਰੀਕੇ ਨਾਲ ਸੋਚੀਏ ਤਾਂ 6,000-6,500 ਪਾਊਂਡ ਪਈ, 6,500 ਪਾਊਂਡ ਪਈ 1 ਈਅਰ ਦੀ ਫੀਸ। ਸੋ ਜਿੰਨੀ ਦੇਰ ਵੀ ਉੱਥੇ ਸਟੇਅ ਹੈ, ਉਨੀ ਦੇਰ ਦਾ ਵਰਕ ਪਰਮਿਟ 1 ਸਾਲ ਤੋਂ ਬਾਅਦ, ਪਹਿਲੇ ਸਾਲ ਦੀ ਪੜ੍ਹਾਈ ਤੋਂ ਬਾਅਦ, ਪਹਿਲੇ ਸਾਲ ਦੀ ਪੜ੍ਹਾਈ ਤੋਂ ਬਾਅਦ ਅਗਰ 1.5 ਸਾਲ ਦਾ ਕੋਰਸ ਪੂਰਾ ਵਰਕ ਪਰਮਿਟ ਤੇ ਵਰਕ ਪਰਮਿਟ ਜੀ ਜੀ। ਔਰ ਕੋਪ ਜਿਹੜੇ ਕੋਰਸਿਸ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਉਹਨੂੰ ਵੀ ਥੋੜ੍ਹਾ ਅਗਰ ਤੁਸੀਂ ਡਿਫਾਈਨ ਕਰ ਦਿਓ ਸਟੂਡੈਂਟ। ਦੇਖੋ, ਐਮ ਐਸ ਸੀ ਫਾਈਨਾਂਸ ਦੇ ਵਿੱਚ ਹੈ, ਐਮ ਬੀ ਏ ਹੈਗੀ ਹੈ, ਹੋਟੇਲ ਮੈਨੇਜਮੈਂਟ ਹੈਗੀ ਹੈ, ਕੰਪਿਊਟਰਸ ਦੇ ਹੈਗੇ ਹੈ, ਬਹੁਤ ਸਾਰੇ ਅੱਛੀਆਂ ਯੂਨੀਵਰਸਿਟੀਜ਼ ਦੇ ਸਾਡੇ ਕੋਲ ਕੋਰਸਿਸ ਹੈਗੇ ਹੈ ਜਿਨ੍ਹਾਂ ਦੇ ਵਿੱਚ ਆ ਕੋਆਪ ਔਰ ਇੰਟਰਨਸ਼ਿਪਸ ਹੈਗੀਆਂ ਨੇ। ਸੋ ਬੜਾ ਅੱਛਾ ਮੌਕਾ ਮੇਰੇ ਦੋਸਤਾਂ ਕੋਲ ਜਿਨ੍ਹਾਂ ਨੇ ਬੈਚਲਰਸ ਆਪਣੀ ਇੱਥੇ ਇੰਡੀਆ 'ਚ ਕੀਤੀ ਹੈਗੀ ਹੈ। ਆਇਲਟਸ ਯੂਕੇ ਵਿੱਚ ਕੰਪਲਸਰੀ ਨਹੀਂ ਹੈਗਾ, ਮੈਂ ਹਮੇਸ਼ਾ ਪਿਛਲੀ ਵਾਰ ਸ਼ੋਅ 'ਚ ਤੁਹਾਨੂੰ ਦੱਸਿਆ ਕੰਪਲਸਰੀ ਨਹੀਂ ਹੈ ਆਇਲਟਸ, ਬਟ ਕਿਤੇ ਨਾ ਕਿਤੇ ਆਇਲਟਸ ਤੁਹਾਡੇ ਕੋਲ ਹੈਗਾ ਅਤੇ ਮੇਰਾ ਵੀ ਕੌਨਫੀਡੈਂਸ ਲੈਵਲ ਬਣਦਾ, ਯੂਨੀਵਰਸਿਟੀ ਦਾ ਵੀ ਕੌਨਫੀਡੈਂਸ ਲੈਵਲ ਬਣਦਾ ਵੀ ਇਹ ਬੱਚਾ ਜੈਨੂਇਨ ਹੈਗਾ, ਜੈਨੂਇਨਲੀ ਬਾਹਰ ਪੜ੍ਹਨਾ ਚਾਹੁੰਦਾ ਔਰ ਇੰਗਲਿਸ਼ ਨੂੰ ਅੰਡਰਸਟੈਂਡ ਕਰੇਗਾ ਜੀ। ਆਇਲਟਸ ਨਹੀਂ ਹੈ, ਤੁਹਾਡੀ ਪਿਛਲੀ ਪੜ੍ਹਾਈ ਦਾ ਮੀਡੀਅਮ ਆਫ ਇੰਸਟਰਕਸ਼ਨ ਸਰਟੀਫਿਕੇਟ ਬਣੇਗਾ ਵੀ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋ, 12ਵੀਂ ਦੇ ਬੈਚਲਰਸ ਦੇ ਇੰਗਲਿਸ਼ ਦੇ ਮਾਰਕਸ ਦੇਖੇ ਜਾਣਗੇ, ਉਹਦੇ ਬਿਹਾਫ 'ਤੇ ਤੁਹਾਨੂੰ ਆਇਲਟਸ ਵੇਵ ਆਫ ਵੀ ਹੋ ਸਕਦਾ। ਪਰ ਆਇਲਟਸ ਜਾਂ ਪੀ ਟੀ ਕਰਨਾ ਮੈਂ ਸਮਝਦਾ ਵੀ ਬੜਾ ਜ਼ਰੂਰੀ ਹੈਗਾ, ਕੰਪਲਸਰੀ ਨਹੀਂ ਹੈ, ਅੱਛਾ ਹੈਗਾ ਤੁਹਾਡੀ ਐਪਲੀਕੇਸ਼ਨ ਲਈ, ਤੁਹਾਡੇ ਕੌਨਫੀਡੈਂਸ ਲੈਵਲ ਲਈ ਔਰ ਸਾਡੇ ਕੌਨਫੀਡੈਂਸ ਲੈਵਲ। ਬਿਲਕੁਲ ਤ੍ਰਿਵੇਦੀ ਸਾਹਿਬ, ਜਿਨ੍ਹਾਂ ਨੇ ਹੁਣੇ ਹੁਣੇ 10+2 ਕੀਤੀ, ਜਿਹੜੇ ਹਜੇ ਕਿਸੇ ਵਜ੍ਹਾ ਕਰਕੇ ਆਰਟਸ 'ਚ ਨਹੀਂ ਗਏ, ਉਹ ਸਟੂਡੈਂਟਸ ਦੀ ਇੰਗਲਿਸ਼ ਦੀ ਪਰਸੈਂਟੇਜ ਕਿੰਨੀ ਕੁ ਚਾਹੀਦੀ? 60% ਤੋਂ ਉੱਪਰ ਦਾ ਸਕੋਰ ਇੱਕ ਬੇਸਿਕ ਕ੍ਰਾਈਟੀਰੀਆ ਹੈਗਾ ਜੀ 12ਵੀਂ ਦੇ ਵਿੱਚ, 60% ਤੋਂ ਉੱਪਰ ਤੁਹਾਡਾ ਇੰਗਲਿਸ਼ ਦਾ ਸਕੋਰ ਹੈਗਾ, ਤੁਹਾਨੂੰ ਯੂਨੀਵਰਸਿਟੀਜ਼ ਵਿੱਚ ਮਿਲ ਜਾਏਗੀ ਐਡਮਿਸ਼ਨ। ਕੁਛ ਯੂਨੀਵਰਸਿਟੀਜ਼ ਸੈਸ਼ਨਲ ਇੰਗਲਿਸ਼ ਪ੍ਰੋਗਰਾਮ ਲਗਾਉਂਦੀਆਂ ਨੇ, ਜਿੱਦਾਂ ਆਸਟ੍ਰੇਲੀਆ 'ਚ ਐਲੀਕੋਸ ਹੁੰਦਾ, ਉਸੇ ਤਰ੍ਹਾਂ ਹੀ ਇੰਗਲਿਸ਼ ਦਾ ਪ੍ਰੋਗਰਾਮ ਯੂਕੇ ਦੇ ਵਿੱਚ ਵੀ ਲੱਗਦਾ ਹੈਗਾ। ਪਰ ਅਗੇਨ, ਜੇ ਤੁਹਾਡਾ ਆਇਲਟਸ ਦਾ ਸਕੋਰ ਘੱਟ ਹੈ, 5 ਬੈਂਡ ਹੈ, 5.5 ਵੀ ਚਲੋ ਕਿਤੇ ਨਾ ਕਿਤੇ ਚੱਲ ਜਾਂਦਾ ਸੈਸ਼ਨਲ ਇੰਗਲਿਸ਼ ਲਗਾ ਕੇ, 5 ਬੈਂਡ ਜੋ ਕਿ ਤੁਹਾਡੀ ਇੰਗਲਿਸ਼ ਹੈ, ਮੈਂ ਤੁਹਾਨੂੰ ਅਪੀਲ ਕਰਾਂਗਾ ਆਪਣੀ ਇੰਗਲਿਸ਼ ਇੰਪਰੂਵ ਕਰੋ, ਬਿਕੋਜ਼ ਫੀਸ ਲੱਗ ਰਹੀ ਹੈ, ਤੁਹਾਡੇ ਪੇਰੈਂਟਸ ਦੇ ਪੈਸੇ ਲੱਗ ਰਹੇ ਯਾਰ, 10-12 ਲੱਖ ਰੁਪਏ ਲਗਾ ਕੇ ਤੁਸੀਂ ਯੂਕੇ ਜਾ ਰਹੇ ਹੋ, ਉੱਥੇ ਪੜ੍ਹ ਨਾ ਪਾਏ ਤਾਂ ਕੀ ਕਰੋਗੇ? ਬਿਕੋਜ਼ ਕਾਲਜਸ ਵਿੱਚ ਕੁਛ ਨਹੀਂ ਹੈਗਾ ਯੂਕੇ ਦੇ ਵਿੱਚ, ਜੇ ਯੂਨੀਵਰਸਿਟੀ ਤੋਂ ਚੇਂਜ ਕਰਕੇ ਕਾਲਜ ਵਿੱਚ ਆਉਂਦੇ ਹੋ, ਕੁਛ ਵੀ ਨਹੀਂ ਹੈ, ਕੋਈ ਵਰਕ ਪਰਮਿਟ ਨਹੀਂ ਹੈ, ਕੋਈ ਪਾਰਟ ਟਾਈਮ ਵਰਕ ਅਲਾਊਡ ਨਹੀਂ ਹੈ, ਕਾਲਜਸ ਵਿੱਚ ਕੋਈ ਫਿਊਚਰ ਨਹੀਂ ਹੈ ਜੀ। ਸੋ ਜੇ ਆਪਾਂ ਇਹ ਸੋਚੀਏ ਨਾ ਵੀ ਹਾਂ ਇੱਥੋਂ ਬਸ ਨਿਕਲ ਜਾਈਏ, ਇੱਦਾਂ ਨਹੀਂ ਹੈ, ਪੂਰੀ ਤਿਆਰੀ ਨਾਲ ਜਾਓ ਔਰ ਜਾਣਾ ਯੂਨੀਵਰਸਿਟੀ ਹੈ, ਯੂਨੀਵਰਸਿਟੀ ਜਾਣਾ, ਅਗਰ ਵਰਕ ਪਰਮਿਟ ਲੈਣਾ, ਵਰਕ ਪਰਮਿਟ ਬਾਅਦ 'ਚ ਲੈਣਾ, ਨਾਲ ਪੜ੍ਹਾਈ ਦੇ ਵਰਕ ਰਾਈਟਸ ਲੈਣਾ,
यूके ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਨੇ ਕਿ ਜਿਹੜੀ ਯੂਕੇ ਦੀ ਆਪਣੀ ਆਰਟਸ ਹੈ ਯੂਕੇ ਆਰਟਸ ਕਹਿੰਦੇ ਨੇ ਯੂਕੇ ਵੀ ਆਰਟਸ ਜੀ ਯੂਕੇ ਵੀ ਆਰਟਸ ਵੀ ਕੀ ਉਹ ਕਰਨੀ ਮੈਂਡੇਟਰੀ ਹੈ ਦੇਖੋ ਜਿਸ ਤਰ੍ਹਾਂ ਤੁਹਾਨੂੰ ਕਰਨ ਦਾ ਫਾਇਦਾ ਵੀ ਮੈਂ ਤੁਹਾਨੂੰ ਦੱਸ ਟੈਕਨੀਕਲ ਗੱਲ ਹੈਗੀ ਇਹਦੇ ਪਿੱਛੇ ਜੀ ਤੁਸੀਂ ਯੂਕੇ ਦੇ ਵਿੱਚ ਆਇਲਟਸ ਕੰਪਲਸਰੀ ਨਹੀਂ ਆ ਜੀ ਆਪਾਂ ਬੀ ਸੀ ਜਾਂ ਆਈ ਡੀ ਪੀ ਦਾ ਆਇਲਟਸ ਲਗਾ ਰਹੇ ਹਾਂ ਜਾਂ ਪੀ ਟੀ ਕੀਤਾ ਹੋਇਆ ਉਹ ਅੰਬੈਸੀ ਦੀ ਫਾਈਲ ਦਾ ਪਾਰਟ ਨਹੀਂ ਹੈਗਾ ਕੈਫ ਦੇ ਵਿੱਚ ਲਿਖਿਆ ਜਾਂਦਾ ਬਈ ਯੂਨੀਵਰਸਿਟੀ ਨੇ ਤੁਹਾਡੀ ਇੰਗਲਿਸ਼ ਜੱਜ ਕਰ ਲਈ ਹੈ ਬੇਸਡ ਔਨ ਅਦਰ ਐਵੀਡੈਂਸਿਸ ਹਾਂ ਜੇ ਅੰਬੈਸੀ ਦੇ ਵਿੱਚ ਆਇਲਟਸ ਲਗਾਉਣਾ ਹੈਗਾ ਇਟ ਹੈਜ਼ ਟੂ ਬੀ ਯੂਕੇ ਬੀ ਏ ਆਇਲਟਸ ਫਿਰ ਉਹ ਯੂਕੇ ਬੀ ਏ ਆਇਲਟਸ ਹੋਣਾ ਕੰਪਲਸਰੀ ਹੈਗਾ ਔਰ ਇੱਕ ਗੱਲ ਇੱਥੇ ਹੋਰ ਧਿਆਨ ਦੇਣ ਵਾਲੀ ਹੈ ਵੀ ਜਿਹੜਾ ਨੋਰਮਲ ਆਈ ਡੀ ਪੀ ਬੀ ਸੀ ਦੇ ਆਇਲਟਸ ਦੇ 6 ਬੈਂਡ ਔਰ ਯੂਕੇ ਬੀ ਏ ਦੇ 5.5 ਨੂੰ ਬਰਾਬਰ ਗਿਣਦੇ ਆ ਪਰ ਯੂਕੇ ਬੀ ਆਇਲਟਸ ਡਿਫਰੈਂਟ ਹੈਗਾ ਉਹਦੀ ਫੀਸ ਦੂਸਰੇ ਆਇਲਟਸ ਨਾਲੋਂ ਵੱਧ ਹੈਗੀ 18-18,500 ਹੈ ਥੋੜ੍ਹਾ ਤਰੀਕਾ ਡਿਫਰੈਂਟ ਹੈ ਬੜੇ ਘੱਟ ਲੋਕ ਇਸ ਲਈ ਯੂਕੇ ਬੀ ਆਇਲਟਸ ਦੇ ਰਹੇ ਹੈ ਕਿਉਂਕਿ ਦੂਸਰਾ ਆਇਲਟਸ ਵੀ ਚੱਲ ਰਿਹਾ ਇਟ ਇਜ਼ ਸੇ ਯੂਨੀਵਰਸਿਟੀ ਉਹਨੂੰ ਅਸੈਸ ਕਰ ਲੈਂਦੀ ਹੈ ਔਰ ਆਇਲਟਸ ਦਾ ਵੇਵਰ ਦੇ ਦਿੰਦੀ ਉਸ ਆਇਲਟਸ ਦੇ ਬੇਸ ਤੇ ਔਰ ਪੀ ਟੀ ਜਿਨ੍ਹਾਂ ਨੇ ਪੀ ਟੀ ਕੀਤੀ ਹੈ ਬਹੁਤ ਸਾਰੇ ਸਟੂਡੈਂਟਸ ਸੇਮ ਉਹੀ ਹੈ ਜੀ ਜੋ ਆਇਲਟਸ ਦਾ ਸਟੇਟਸ ਹੈਗਾ ਉਹੀ ਪੀ ਟੀ ਦਾ ਸਟੇਟਸ ਹੈਗਾ ਯੂਕੇ ਦੇ ਵਿੱਚ ਅਸੀਂ ਬਹੁਤ ਵੀਜ਼ਾਸ ਲੈ ਵੀ ਲਏ ਨੇ ਔਨ ਬੇਸਿਸ ਆਫ ਪੀ ਟੀ ਈ ਐਂਡ ਆਈ ਡੀ ਪੀ ਜਾਂ ਬੀ ਸੀ ਦੇ ਆਇਲਟਸ ਦੇ ਬੇਸ ਦੇ ਉੱਪਰ ਚਲੋ ਬਹੁਤ ਸਾਰੇ ਵੀਜ਼ਾਸ ਤ੍ਰਿਵੇਦੀ ਸਾਹਿਬ ਵੱਲੋਂ ਪ੍ਰੋਸੈਸ ਦੇ ਵਿੱਚ ਫਾਸਟ ਆ ਰਹੇ ਜੀ ਫਾਸਟ ਆ ਰਹੇ ਜੀ ਜਿਸ ਤਰ੍ਹਾਂ ਲਾਸਟ ਸ਼ੋਅ 'ਚ ਮੈਂ ਦੱਸਿਆ ਸੀ 6 ਦਿਨਾਂ ਦੇ ਵਿੱਚ 20,000 ਰੁਪਏ ਐਕਸਟਰਾ ਦੇ ਕੇ ਕਰ ਸਕਦੇ ਹੋ ਇੱਕ ਤੀਸਰੀ ਸਕੀਮ ਵੀ ਹੈਗੀ ਉਹਨਾਂ ਦੀ 1,00,000 ਰੁਪਇਆ ਅੰਬੈਸੀ ਫੀਸ ਭਰੋ ਅਤੇ ਵਿਦ ਇਨ 24 ਆਵਰਸ ਤੁਹਾਡਾ ਡਿਸੀਜਨ ਆ ਜਾਂਦਾ ਬਟ ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਕਿਉਂਕਿ 1,00,000 ਰੁਪਇਆ ਬਹੁਤ ਜ਼ਿਆਦਾ ਹੈ ਸਟੂਡੈਂਟ ਹੈ ਕੋਈ ਬਿਜ਼ਨਸਮੈਨ ਨਹੀਂ ਹੈਗੇ ਜਿਨ੍ਹਾਂ ਦੀ ਉੱਥੇ ਬਿਜ਼ਨਸ ਮੀਟਿੰਗ ਹੋਈ ਛੁੱਟ ਚੱਲੀ ਹੈ ਹਾਂ ਕਿਸੇ ਦਾ ਇਨਟੇਕ ਬਿਲਕੁਲ ਸਿਰ 'ਤੇ ਖੜਾ ਹੈਗਾ ਉਹਦੇ ਵਾਸਤੇ ਅੱਛੀ ਓਪਰਚੁਨਿਟੀ ਹੈ ਬਿਲਕੁਲ ਸੋ ਇਨਟੇਕ ਜ਼ਰੂਰ ਦੱਸ ਦਿਓ ਇਨਟੇਕਸ ਨੂੰ ਲੈ ਕੇ ਦੇਖੋ ਸਪਟੰਬਰ ਇਨਟੇਕ ਜੇ ਕਿਸੇ ਕੋਲ ਫੰਡਸ ਬਿਲਕੁਲ ਰੈਡੀ ਹੈ ਇਸ ਵੇਲੇ 28 ਦਿਨ ਪੁਰਾਣੇ ਫੰਡਸ ਖਾਤਿਆਂ 'ਚ ਪਏ ਹੈ 28 ਦਿਨ ਪੁਰਾਣੇ ਫੰਡਸ ਬਿਲਕੁਲ ਕਿੰਨੇ ਚਾਹੀਦੇ ਅਰਾਊਂਡ ਜੇ ਆਪਾਂ ਇਨਰ ਲੰਡਨ ਪੜ੍ਹਨ ਜਾ ਰਹੇ ਤਾਂ £11,135 ਮਤਲਬ ਕਰੀਬਨ 11,00,000 ਰੁਪਏ ਲਗਾ ਲਓ ਜੇ ਆਪਾਂ ਲੰਡਨ ਤੋਂ ਬਾਹਰ ਪੜ੍ਹਨ ਜਾ ਰਹੇ ਇਟਸ ਅਰਾਊਂਡ 9 ਲੱਖ ਰੁਪੀਸ ਜੇ ਤੁਹਾਡੇ ਕੋਲ ਫੰਡਸ ਰੈਡੀ ਹੈਗੇ ਸਪਟੰਬਰ ਇਨਟੇਕ ਤੁਹਾਡਾ ਮੈਂ ਹੁਣ ਵੀ ਪ੍ਰੋਸੈਸ ਕਰ ਸਕਦਾ ਜੇ ਫੰਡਸ ਹਾਲੇ ਰੈਡੀ ਨਹੀਂ ਹੈਗੇ 28 ਦਿਨ ਪੁਰਾਣੇ ਨਹੀਂ ਹੋਏ ਆ ਦੈਨ ਇਟ ਇਜ਼ ਜਨਵਰੀ ਇਨਟੇਕ ਉਹਦੇ ਵਾਸਤੇ ਐਡਮਿਸ਼ਨਸ ਆਲਰੇਡੀ ਸਟਾਰਟਡ ਹੈਗੇ ਹੁਣ ਸਪਟੰਬਰ ਇਨਟੇਕ ਹੈ ਇਸ ਤੋਂ ਬਾਅਦ ਜਨਵਰੀ ਸਪਟੰਬਰ ਤਾਂ ਜੇ ਤੁਹਾਡੇ ਕੋਲ ਸਭ ਕੁਝ ਤਿਆਰ ਹੈ ਸਪਟੰਬਰ ਤਾਂ ਬਿਲਕੁਲ ਸੋ 1 ਮਹੀਨਾ ਪੁਰਾਣੇ ਫੰਡ ਹੈ ਜਿਹੜੇ ਉਹ ਇੰਗਲੈਂਡ ਲਈ ਚਾਹੀਦੇ ਨੇ ਤ੍ਰਿਵੇਦੀ ਸਾਹਿਬ ਇੱਕ ਚੀਜ਼ ਹੋਰ ਕਲੀਅਰ ਕਰੋ ਜਿਵੇਂ ਤੁਸੀਂ ਕਿਹਾ ਲੰਡਨ ਔਰ ਆਊਟਰ ਲੰਡਨ ਇਹਨਾਂ 'ਚ ਫਰਕ ਕੀ ਹੈ ਮੌਕੇ ਕਿਹੋ ਜਿਹੇ ਨੇ ਯੂਨੀਵਰਸਿਟੀਜ਼ ਕਿਹੋ ਜਿਹੀਆਂ ਦੇਖੋ ਯੂਨੀਵਰਸਿਟੀਜ਼ ਦੋਨੋਂ ਪਾਸੇ ਵਧੀਆ ਹੈਗੀਆਂ ਇਨਰ ਲੰਡਨ ਨਹੀਂ ਰਿਹਾ ਜਾਂਦਾ ਜਿਹੜਾ ਕੋਰ ਲੰਡਨ ਹੈਗਾ ਲੰਡਨ ਸ਼ਹਿਰ ਦਾ ਹਿੱਸਾ ਕਿਉਂਕਿ ਕਿਤੇ ਨਾ ਕਿਤੇ ਉੱਥੇ ਲਿਵਿੰਗ ਐਕਸਪੈਂਸਿਸ ਵੱਧ ਹੈਗੇ ਆ ਰੈਂਟਲਸ ਜ਼ਿਆਦਾ ਹੈਗੇ ਆ ਖਾਣਾ ਪੀਣਾ ਰਹਿਣਾ ਮਹਿੰਗਾ ਹੈਗਾ ਸੋ ਉੱਥੇ ਲਿਵਿੰਗ ਐਕਸਪੈਂਸਿਸ ਵੱਧ ਗਿਣੇ ਜਾਂਦੇ ਆ ਜੀ ਉੱਥੇ 11,135 ਗਿਣੇ ਜਾਂਦੇ ਆ ਲੰਡਨ ਤੋਂ ਬਾਅਦ 9,135 ਗਿਣੇ ਜਾਂਦੇ ਬਾਕੀ ਕੋਈ ਯੂਨੀਵਰਸਿਟੀ ਦੇ ਲੈਵਲਸ ਦਾ ਫਰਕ ਨਹੀਂ ਇਟਸ ਆਲ ਸੇਮ ਇਟਸ ਜਸਟ ਲਿਵਿੰਗ ਐਕਸਪੈਂਸਿਸ ਦਾ ਫਰਕ ਹੈ ਫਰਕ ਹੈ ਜਿਹੜਾ ਹੁਣ ਤੁਸੀਂ 11,000 ਕਹਿ ਰਹੇ ਹੋ ਇਨਰ ਲੰਡਨ ਦੇ ਵਿੱਚ ਇਹਦੇ ਵਿੱਚ ਕਾਲਜ ਦੀ ਫੀਸ ਹੈ ਨਹੀਂ ਨਹੀਂ ਇਹ ਸਿਰਫ ਹੈਗਾ ਜੀ ਆਪਣੇ ਖਾਤੇ 'ਚ ਅਸੀਂ ਦਿਖਾਉਣੇ ਹੈਗੇ ਹਾਂ ਫੀਸ ਪੇਮੈਂਟ ਤੋਂ ਇਲਾਵਾ ਜੇ ਅਸੀਂ 6 ਮਹੀਨੇ ਦੀ ਫੀਸ ਦਿੱਤੀ ਹੈ ਤਾਂ 6 ਮਹੀਨੇ ਦੀ ਫੀਸ ਵੀ ਬਾਕੀ ਖਾਤੇ 'ਚ ਦਿਖਾਉਣੀ ਪਏਗੀ ਬਿਲਕੁਲ ਠੀਕ ਦੇਖੋ ਇੰਗਲੈਂਡ ਦਾ ਜਿਹੜਾ ਕੰਮ ਹੈਗਾ ਇਹਦੀ ਫਾਈਲਿੰਗ ਬਹੁਤ ਹੀ ਟੈਕਨੀਕਲ ਹੈਗੀ ਆ ਸੋ ਕਿਤਨਾ ਕਿਤੇ ਏਜੰਟ ਦੀ ਚੋਣ ਬਹੁਤ ਇੰਪੋਰਟੈਂਟ ਆ ਜਾਂਦੀ ਹੈ ਇੱਥੇ ਬਿਕੋਜ਼ ਫਾਈਲਿੰਗ 'ਚ ਜ਼ਰਾ ਜੀ ਗਲਤੀ ਜ਼ਰਾ ਜੀ ਕਿਤੇ ਤੁਹਾਡੇ ਲੈਂਗੁਏਜ ਦੇ ਜੋ ਬੈਂਕ ਤੋਂ ਸਰਟੀਫਿਕੇਟ ਬਣਿਆ ਜੋ ਐਫੀਡੈਵਿਟ ਬਣਿਆ ਜ਼ਰਾ ਜੀ ਕਿਤੇ ਲੈਂਗੁਏਜ ਇੱਧਰ ਤੋਂ ਉੱਧਰ ਹੋਈ ਤਾਂ ਇੰਗਲੈਂਡ ਫਿਰ ਰਿਜੈਕਟ 1 ਮਿੰਟ ਤੋਂ ਪਹਿਲਾਂ ਕਰਦਾ ਬਿਲਕੁਲ ਠੀਕ ਹੈ ਸੋ ਰਿਜੈਕਸ਼ਨ ਵੀ ਇੰਗਲੈਂਡ ਦੇ ਵਿੱਚ ਹੈ ਜਿਹੜੀ ਉਹ ਛੋਟੀ ਛੋਟੀ ਗੱਲ ਦੀ ਰਿਜੈਕਸ਼ਨ ਆਉਂਦੀ ਹੈ ਔਰ ਜੇ ਏਜੰਟ ਧਿਆਨ ਨਾਲ ਉਸ ਫਾਈਲ ਨੂੰ ਸਾਵਧਾਨੀ ਰੱਖਣ ਦੀ ਕਿਹੜੀ ਲੋੜ ਹੈ ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਦੇਖੋ ਇਹ ਸਾਰੀਆਂ ਚੀਜ਼ਾਂ ਫਿਰ ਟ੍ਰੇਡ ਸੀਕ੍ਰੈਟਸ ਹੋ ਜਾਂਦੇ ਇਹ ਮੰਚ ਉਹਦੇ ਲਈ ਬਹੁਤ ਵਧੀਆ ਨਹੀਂ ਹੈ ਉਹ ਸਾਡੇ ਕਲਾਇੰਟਸ ਵਾਸਤੇ ਹੈਗੇ ਆ ਵੀ ਕੀ ਕਿਸ ਤਰ੍ਹਾਂ ਕਰਨਾ ਹੈਗਾ ਵਾਂਸ ਯੂ ਸਾਈਨ ਅਪ ਵਿਦ ਅਸ ਸਾਡੇ ਕੋਲ ਆਨੇ ਹੋ ਵੀ ਆਲਵੇਜ਼ ਓਪਨ ਕਿ ਬੁੱਕ ਹੈ ਤੁਹਾਡੀ ਫਾਈਲ ਤੁਹਾਡੇ ਹੱਥੀ ਫੜਾਈ ਜਾਏਗੀ ਤੁਸੀਂ ਆਪ ਜਾ ਕੇ ਜਮ੍ਹਾਂ ਕਰਾ ਕੇ ਆਣੀ ਹੈ ਬਿਕੋਜ਼ ਯੂਕੇ ਦੇ ਵਿੱਚ ਫਿੰਗਰ ਪ੍ਰਿੰਟਿੰਗ ਵੀ ਹੁੰਦੀ ਹੈ ਔਰ ਫੋਟੋ ਵੀ ਹੁੰਦੀ ਹੈ ਫੋਟੋ ਵੀ ਹੁੰਦੀ ਹੈ ਫਿੰਗਰ ਪ੍ਰਿੰਟ ਦੀ ਫਾਈਲ ਜਲੰਧਰ ਦਿੱਲੀ ਜਲੰਧਰ ਚੰਡੀਗੜ੍ਹ ਦਿੱਲੀ ਤਿੰਨੋਂ ਜਗ੍ਹਾ ਸਾਰੀ ਜਗ੍ਹਾ ਤੇ ਫਾਈਲ ਹੁੰਦੀ ਹੈ ਤ੍ਰਿਵੇਦੀ ਸਾਹਿਬ ਤੁਸੀਂ ਸਟੂਡੈਂਟਸ ਨੂੰ ਕਿਵੇਂ ਇਨਵਾਈਟ ਕਰਦੇ ਹੋ ਕਦੋਂ ਕਦੋਂ ਤੁਹਾਡੇ ਕੋਲ ਆਉਣ ਅੰਮ੍ਰਿਤਸਰ ਕਦੋਂ ਹੁੰਦੇ ਹੋ ਅੰਮ੍ਰਿਤਸਰ ਬੁੱਧਵਾਰ ਹੈ ਜੀ ਬਾਕੀ ਦਿਨ ਜਲੰਧਰ ਆਫਿਸ ਹੈਗੇ ਆ 9216355 355 ਜੈਨਰਿਕ ਨੰਬਰ ਹੈ ਕਾਲ ਕਰਕੇ ਅਪੋਇੰਟਮੈਂਟ ਫਿਕਸਅਪ ਕਰ ਸਕਦੇ ਹੋ ਅੰਮ੍ਰਿਤਸਰ ਦਾ ਨੰਬਰ ਹੈਗਾ 9216255 255 ਬਿਲਕੁਲ ਔਰ ਰਿਫਿਊਜ਼ਲ ਔਰ ਗੈਪ ਇਹ ਵੀ ਥੋੜ੍ਹਾ ਥੋੜ੍ਹਾ ਦੱਸੋ ਗੈਪ ਕਿੰਨਾ ਚੱਲਦਾ ਹੈ ਯੂਕੇ ਲਈ ਆਈ ਬਲੀਵ ਇਹਨੂੰ ਅਗਲੇ ਸ਼ੋਅ ਲਈ ਰੱਖਦੇ ਹਾਂ ਜੀ ਆਪਾਂ ਅਗਲੇ ਸ਼ੋਅ ਦੇ ਜ਼ਰੂਰ ਇਹਦੇ ਬਾਰੇ ਗੱਲ ਕਰਾਂਗੇ ਤੁਹਾਡੇ ਕੋਈ ਪ੍ਰਸ਼ਨ ਹੋਣ ਤਾਂ ਮੇਰੇ ਫੇਸਬੁੱਕ ਪੇਜ 'ਤੇ ਆ ਕੇ ਇਨਬੋਕਸ ਕਰਦੇ ਹੋ ਬਿਕੋਜ਼ ਯੂਟਿਊਬ ਦੇ ਉੱਪਰ ਅਸੀਂ ਤੁਹਾਡੇ ਕੁਐਸਚਨਾਂ ਦਾ ਆਨਸਰ ਨਹੀਂ ਦੇ ਪਾਉਂਦੇ ਸੋ ਮੇਰੇ ਫੇਸਬੁੱਕ ਪੇਜ 'ਤੇ ਆ ਕੇ ਕਰ ਲਓ ਇੰਸਟਾ ਅਕਾਊਂਟ 'ਤੇ ਕਰ ਲਓ ਉੱਥੇ ਆਪਣੇ ਕੁਐਸਚਨਸ ਇਨਬੋਕਸ ਕਰ ਦਿਓ ਵਿਲ ਬੀ ਵੈਰੀ ਹੈਪੀ ਟੂ ਆਨਸਰ ਆਲ ਦੋਸ ਕੁਐਸਚਨ ਚਲੋ ਥੈਂਕ ਯੂ ਸੋ ਮਚ ਤ੍ਰਿਵੇਦੀ ਸਾਹਿਬ ਥੈਂਕ ਯੂ ਸੋ ਮਚ